ਗੁੱਡ ਮਾਰਨਿੰਗ ਸਟੂਡੈਂਟਸ, ਅੱਜ ਮੇਰਾ ਵਿਸ਼ਾ ਹੈ 7th ਕਲਾਸ ਦੇ ਸਟੂਡੈਂਟਸ ਦੇ ਲਈ ਚੈਪਟਰ ਫਸਟ ਚਾਨਣ ਦਾ ਰੱਥ। ਇਸ ਕਵਿਤਾ ਵਿੱਚ ਨਵੇਂ ਸਾਲ ਦੀ ਆਮਦ ਆਉਣ ਵਾਲੀਆਂ ਆਸਾਂ ਅਤੇ ਸਧਰਾਂ ਦੀ ਗੱਲ ਕੀਤੀ ਹੈ। ਨਵਾਂ ਸਾਲ ਹਰ ਦਿਨ ਆਪਣੇ ਨਾਲ ਨਵੀਆਂ ਉਮੰਗਾਂ ਲੈ ਕੇ ਆਉਂਦਾ ਹੈ, ਭਾਵ ਇਸ ਕਵਿਤਾ ਵਿੱਚ ਕਵੀ ਨੇ ਨਵੇਂ ਸਾਲ ਦੇ ਆਉਣ 'ਤੇ ਨਵੀਆਂ ਆਸਾਂ, ਨਵੀਆਂ ਸਧਰਾਂ, ਉਮੰਗਾਂ ਦੀ ਗੱਲ ਕੀਤੀ ਹੈ। ਉਹਨਾਂ ਦੀ ਕਲਪਨਾ ਕਰ ਰਿਹਾ ਹੈ ਕਵੀ ਕਿ ਨਵਾਂ ਸਾਲ ਹਰ ਦਿਨ ਆਪਣੇ ਲਈ ਨਵੀਆਂ ਉਮੀਦਾਂ ਅਤੇ ਖੁਸ਼ੀਆਂ ਲੈ ਕੇ ਆਉਂਦਾ ਹੈ। ਪੂਰਬ ਦੀ ਕੁੱਛੜ 'ਚੋਂ ਲਾਲੀ ਖਿੰਡ ਗਈ ਚਾਰ ਚੁਫੇਰੇ, ਭਾਵ ਕਿ ਪੂਰਬ ਇੱਕ ਦਿਸ਼ਾ ਦਾ ਨਾਂ ਹੈ। ਪੂਰਬ ਦੀ ਕੁੱਛੜ 'ਚੋਂ ਲਾਲੀ, ਕੁੱਛੜ ਤੋਂ ਭਾਵ ਉਹਦੀ ਗੋਦ ਵਿੱਚੋਂ, ਖਿੰਡ ਗਈ ਲਾਲੀ ਚਾਰ ਚੁਫੇਰੇ, ਭਾਵ ਪੂਰਬ ਦੀ ਕੁੱਛੜ ਦੇ ਵਿੱਚੋਂ ਜਿਹੜੀ ਲਾਲੀ ਹੈ ਉਹ ਸਾਰੇ ਪਾਸੇ, ਚਾਰ ਚੁਫੇਰੇ ਸਾਰੇ ਪਾਸੇ ਫੈਲ ਗਈ ਹੈ। ਨਵੇਂ ਸਾਲ ਦਾ ਦਿਨ ਹੈ ਚੜਿਆ, ਭੱਜ ਗਏ ਦੂਰ ਹਨੇਰੇ। ਨਵੇਂ ਸਾਲ ਦਾ ਦਿਨ ਜਦੋਂ ਚੜਿਆ ਹੈ ਤਾਂ ਜਿਹੜੇ ਹਨੇਰੇ ਹੈ ਉਹ ਹਨੇਰੇ ਦੁੱਖਾਂ ਦੇ ਹੋ ਸਕਦੇ ਆ, ਗਮਾਂ ਦੇ ਵੀ ਹੋ ਸਕਦੇ ਆ, ਭਾਵ ਹਰ ਤਰ੍ਹਾਂ ਦੇ ਜਿਹੜੇ ਦੁੱਖ ਦਰਦ ਹੈ, ਦੁੱਖਾਂ ਦਰਦਾਂ ਵਾਲੇ ਹਨੇਰੇ ਹੈ ਉਹ ਦੂਰ ਚਲੇ ਗਏ ਹੈ। ਸੂਰਜ ਨੇ ਮੋਢੇ 'ਤੇ ਚੁੱਕਿਆ ਸੋਨ ਕਿਰਨਾਂ ਦਾ ਪੱਥਾ, ਕਿ ਸੂਰਜ ਨੇ ਆਪਣੇ ਨਾਲ ਮੋਢੇ 'ਤੇ ਚੁੱਕਿਆ ਸੋਨ ਕਿਰਨਾਂ ਦਾ ਪੱਥਾ, ਤੋਂ ਭਾਵ ਕਿ ਸੂਰਜ ਦੀਆਂ ਜੋ ਕਿਰਨਾਂ ਉਹ ਸੋਨੇ ਵਾਂਗ ਚਮਕਦੀਆਂ ਹੋਈਆਂ ਨਜ਼ਰ ਆਉਂਦੀਆਂ ਹੈ ਅਤੇ ਸੂਰਜ ਉਹਨਾਂ ਕਿਰਨਾਂ ਨੂੰ ਲੈ ਕੇ ਆ ਰਿਹਾ ਹੈ, ਭਾਵ ਸਾਰੇ ਪਾਸੇ ਆਪਣੀ ਰੋਸ਼ਨੀ ਰੁਸ਼ਨਾ ਰਿਹਾ ਹੈ। ਅੰਬਰ ਦੇ ਵਿਹੜੇ ਵਿੱਚ ਵੇਖੋ ਚਾਨਣ ਦਾ ਰੱਥ ਲੱਥਾ, ਅੰਬਰ ਤੋਂ ਭਾਵ ਆਸਮਾਨ ਦੇ ਵਿਹੜੇ ਦੇ ਵਿੱਚ ਵੇਖੋ, ਕਵੀ ਕਹਿੰਦਾ ਹੈ ਕਿ ਚਾਨਣ ਦਾ ਰੱਥ ਲੱਥਾ, ਭਾਵ ਰੋਸ਼ਨੀ ਦਾ ਰੱਥ ਹੈ ਜਿਹੜਾ ਉੱਥੇ ਉਤਰਿਆ ਹੋਇਆ ਕਲਪਨਾ ਦੇ ਵਿੱਚ ਪ੍ਰਤੀਤ ਹੋ ਰਿਹਾ ਹੈ। ਪੰਛੀ ਜਾਗੇ ਗੀਤ ਅਲਾਪਣ ਉੱਡਣ ਉੱਡਣ ਨੂੰ ਕਰਦੇ, ਕਿ ਨਵੇਂ ਸਾਲ ਦੇ ਆਉਣ ਦੀ ਖੁਸ਼ੀ ਵਿੱਚ ਸਾਰੇ ਪੰਛੀ ਇਸ ਤਰ੍ਹਾਂ ਲੱਗ ਰਹੇ ਹਨ ਕਿ ਜਿਵੇਂ ਉਹ ਸੁੱਤੇ ਉੱਠੇ ਹਨ, ਹੁਣੇ ਹੁਣੇ ਜਾਗੇ ਹਨ, ਗੀਤ ਗਾ ਰਹੇ ਹਨ ਅਤੇ ਉਹਨਾਂ ਦਾ ਉੱਡਣ ਨੂੰ, ਚਾਹ ਦੇ ਵਿੱਚ, ਖੁਸ਼ੀਆਂ ਦੇ ਵਿੱਚ ਉੱਡਣ ਨੂੰ ਦਿਲ ਕਰ ਰਿਹਾ ਹੈ। ਰੁੱਖ ਬੂਟੇ ਅਤੇ ਫੁੱਲ ਬਹੁਰੰਗੇ ਪੌਣੀ ਮਹਿਕਾਂ ਭਰਦੇ, ਕਵੀ ਕਹਿੰਦਾ ਹੈ ਕਿ ਨਵੇਂ ਸਾਲ ਦੀ ਉਹਦੇ ਆਉਣ ਦੀ ਖੁਸ਼ੀ ਦੇ ਵਿੱਚ ਰੁੱਖ ਬੂਟੇ ਅਤੇ ਫੁੱਲ ਬਹੁਰੰਗੇ, ਕਈ ਰੰਗਾਂ ਦੇ ਫੁੱਲ ਹੈ, ਉਹ ਪੌਣੀ ਹਵਾ ਦੇ ਵਿੱਚ ਮਹਿਕਾਂ, ਭਾਵ ਖੁਸ਼ਬੂਆਂ ਭਰਦੇ ਹੋਏ ਨਜ਼ਰ ਆਉਂਦੇ ਹਨ। ਧਰਤੀ ਦਾ ਕਣ ਕਣ ਵੀ ਜਗਿਆ ਲੈ ਕੇ ਆਸ ਉਮੰਗਾਂ, ਕਿ ਨਵੇਂ ਸਾਲ ਦੀ ਆਮਦ ਤੇ ਉਹਦੇ ਆਉਣ ਦੀ ਖੁਸ਼ੀ ਵਿੱਚ ਧਰਤੀ ਦਾ ਕਣ ਕਣ, ਭਾਵ ਹਰ ਹਿੱਸਾ ਜਾਗਿਆ ਹੋਇਆ ਪ੍ਰਤੀਤ ਹੁੰਦਾ ਹੈ, ਇੱਕ ਨਵੀਆਂ ਆਸ ਉਮੰਗਾਂ ਲੈ ਕੇ ਬੈਠਾ ਹੋਇਆ ਨਜ਼ਰ ਆ ਰਿਹਾ ਹੈ। ਅਮਨ ਸ਼ਾਂਤੀ ਸਾਰਾ ਜੱਗ ਲੋੜੇ, ਹੋਣ ਨਹੀਂ ਦੇਣੀਆਂ ਜੰਗਾਂ, ਕਿ ਸਾਰਾ ਸੰਸਾਰ ਨਵੇਂ ਸਾਲ ਦੇ ਆਉਣ ਦੀ ਖੁਸ਼ੀ ਵਿੱਚ ਇਹ ਚਾਹ ਰਿਹਾ ਹੈ ਕਿ ਸਾਰੇ ਪਾਸੇ ਸ਼ਾਂਤੀ ਹੀ ਸ਼ਾਂਤੀ ਰਹੇ, ਕਿਸੇ ਵੀ ਪਾਸੇ ਹੁਣ ਜੰਗਾਂ, ਯੁੱਧ ਜਾਂ ਲੜਾਈਆਂ ਝਗੜੇ ਨਹੀਂ ਹੋਣ ਦੇਣੇ। ਦਰਿਆਵਾਂ ਦਾ ਪਾਣੀ ਆਖੇ ਹਰ ਪਲ ਵਗਦੇ ਰਹਿਣਾ, ਭਾਵ ਦਰਿਆਵਾਂ ਦਾ ਪਾਣੀ ਵੀ ਇਹ ਚਾਹ ਰਿਹਾ ਹੈ ਕਿ ਅਸੀਂ ਹਰ ਪਲ ਚੱਲਦੇ ਰਹਿਣਾ ਹੈ, ਕਦੇ ਵੀ ਨਹੀਂ ਰੁਕਣਾ। ਜਦ ਤੱਕ ਮੰਜ਼ਿਲ ਹੋਏ ਨਾ ਪੂਰੀ, ਤਦ ਤੱਕ ਕੀ ਹੈ ਬਹਿਣਾ, ਉਹ ਵੀ ਦਰਿਆਵਾਂ ਦਾ ਪਾਣੀ ਵੀ ਇਹ ਚਾਹ ਰਿਹਾ ਹੈ ਕਿ ਜਦੋਂ ਤੱਕ ਸਾਨੂੰ ਆਪਣੀ ਮੰਜ਼ਿਲ ਨਹੀਂ ਮਿਲ ਜਾਂਦੀ ਅਸੀਂ ਚੱਲਦੇ ਰਹਿਣਾ ਹੈ, ਸਾਨੂੰ ਅਸੀਂ ਉਦੋਂ ਤੱਕ ਨਹੀਂ ਬੈਠਣਾ। ਇੱਥੇ ਸਾਨੂੰ ਇੱਕ ਮੈਸੇਜ ਵੀ ਦੇ ਰਿਹਾ, ਇੱਕ ਸੁਨੇਹਾ ਦੇ ਰਿਹਾ ਕਿ ਜਦੋਂ ਤੱਕ ਇਨਸਾਨ ਨੂੰ ਆਪਣੀ ਮੰਜ਼ਿਲ ਨਹੀਂ ਮਿਲਦੀ ਉਸਨੂੰ ਰੈਸਟ, ਭਾਵ ਉਸਨੂੰ ਆਰਾਮ ਨਹੀਂ ਕਰਨਾ ਚਾਹੀਦਾ, ਚੱਲਦੇ ਰਹਿਣਾ ਚਾਹੀਦਾ ਹੈ ਆਪਣੇ ਜੀਵਨ ਦੇ ਵਿੱਚ। ਨਵੇਂ ਸਾਲ ਦਾ ਸੱਜਰਾ ਸੂਰਜ ਸੱਧਰਾਂ ਲੈ ਕੇ ਆਵੇ, ਕਵੀ ਕਹਿੰਦਾ ਹੈ ਕਿ ਕਵੀ ਕਲਪਨਾ ਕਰ ਰਿਹਾ ਹੈ ਕਿ ਨਵੇਂ ਸਾਲ ਦਾ ਜਿਹੜਾ ਸੂਰਜ ਹੈ ਉਹ ਸਭ ਦੇ ਲਈ, ਜਿਹੜਾ ਸੱਜਰਾ ਸੂਰਜ ਭਾਵ ਤਾਜ਼ਾ ਸੂਰਜ ਹੈ, ਸਭ ਦੇ ਲਈ ਖੁਸ਼ੀਆਂ ਲੈ ਕੇ ਆਵੇ। ਪਿੰਡ ਨਗਰ ਤੇ ਸ਼ਹਿਰਾਂ ਤਾਈਂ ਚਾਨਣ ਵੰਡ ਰੁਸ਼ਨਾਵੇ, ਤੇ ਹਰ ਪਿੰਡ ਸ਼ਹਿਰ ਤੇ ਸ਼ਹਿਰਾਂ ਦੇ ਵਿੱਚ ਆਪਣੀ ਖੁਸ਼ੀ, ਆਪਣੀ ਚਾਨਣ ਤੇ ਨੂੰ ਹਰ ਪਾਸੇ ਰੁਸ਼ਨਾਵੇ, ਰੋਸ਼ਨੀ ਦੇਵੇ। ਇਸ ਵਿਦਿਆਰਥੀਓ, ਇਸ ਕਵਿਤਾ ਦੀ ਪ੍ਰਸੰਗ ਸਹਿਤ ਵਿਆਖਿਆ ਨੂੰ ਵਾਰ ਵਾਰ ਸੁਣਨਾ ਹੈ, ਸਮਝਣਾ ਹੈ ਤੇ ਇਸ ਨਾਲ ਸੰਬੰਧਿਤ ਪ੍ਰਸੰਗ ਸਹਿਤ ਵਿਆਖਿਆ ਆਪਣੀਆਂ ਕਾਪੀਆਂ ਦੇ ਵਿੱਚ ਲਿਖਣੀ ਹੈ। ਧੰਨਵਾਦ।